ਪੰਜਾਬ ਸਰਕਾਰ ਦੇ ਵਿਧਾਇਕ ਅੱਜ ਕੱਲ ਲੋਕਾਂ ਨੂੰ ਖੁਸ਼ ਕਰਨ ਲਈ ਕਦੇ ਜਨਤਾ ਦਰਬਾਰ ਲਗਾ ਰਹੇ ਨੇ, ਕਦੇ ਹੋਰ ਕਾਰਜਾਂ ਦੇ ਨਿਰਮਾਣ ਕਰਨ ਲਈ ਸਲਾਹ ਮਸ਼ਵਰਾ ਕਰ ਰਹੇ ਨੇ। ਅਜਿਹੇ ਗਿੱਦੜ ਬਾਹਾਂ ਤੋਂ ਵਿਧਾਇਕ ਰਾਜਾ ਵੜਿੰਗ ਕਰਦੇ ਨਜ਼ਰ ਆ ਰਹੇ ਨੇ। ਰਾਜਾ ਵੜਿੰਗ ਵੱਲੋਂ PRTC ਦੀਆਂ 3 ਬੱਸਾਂ ਨੂੰ ਗਿੱਦੜਵਾਹ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਬੱਸਾਂ ਮਾਤਾ ਜਵਾਲਾ ਜੀ, ਸੁਲਤਾਨਪੁਰ ਲੋਧੀ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਚਲਾਈਆਂ ਗਈਆਂ ਨੇ। ਇਸ ਮੌਕੇ ਰਾਜਾ ਵੜਿੰਗ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਤੇ ਹਲਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਵਸਦੇ ਸਮੇਂ ਦਾ ਵੇਰਵਾ ਵੀ ਦਿੱਤਾ। ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਕੇ ਤੇ ਪਹੁੰਚੇ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ। ਹਾਂਜੀ ਸਰ, ਅੱਜ ਜੀ ਅਸੀਂ PRTC ਦੇ ਰਾਹੀਂ 3 ਬੱਸਾਂ ਸਾਡੀ ਸਰਕਾਰ ਨੇ ਚਲਾਈਆਂ। ਮੈਂ ਸਰਬੰਧੀ ਅਮਰਿੰਦਰ ਸਿੰਘ ਜੀ ਦਾ, ਰਜੀਆ ਸੁਲਤਾਨਾ ਜੀ ਦਾ, PRTC ਪੂਰੇ ਡਿਪਾਰਟਮੈਂਟ ਦਾ। ਇਹ ਬੱਸਾਂ ਕਾਫੀ ਚਿਰ ਤੋਂ ਡਿਮਾਂਡ ਸੀ। ਇਹ ਸੁਬਹਾ 8:45 ਤੇ ਇੱਥੋਂ ਗਿੱਦੜਵਾਹ ਤੋਂ ਜਵਾਲਾ ਜੀ ਜਾਇਆ ਕਰੇਗੀ, ਵਾਇਆ ਕੋਟ ਭਾਈ ਮੱਲਣ ਬੁੱਟਰ ਸ਼੍ਰੀ ਮੱਲਣ ਧੂਪਕੋਟ ਹੋ ਕੇ। ਦੂਜੀ ਜਿਹੜੀ 12:05 ਤੇ ਚੱਲੇਗੀ ਉਹ ਸੁਲਤਾਨਪੁਰ ਜਾਏਗੀ ਬੱਸ, ਉਹ ਵੀ ਵਾਇਆ ਕੋਟ ਭਾਈ ਭਲਾਈਆਣਾ ਬੁੱਟਰਸ਼ਨੀ ਤੇ ਉਦੋਂ ਬਾਅਦ ਧੂਪਕੋਟ ਮੱਲਣ ਹੋ ਗਈ। ਜਿਹੜੀ ਇੱਕ ਹੋਰ ਬੱਸ ਹੈ 3:10 ਤੇ ਉਹ ਅੰਮ੍ਰਿਤਸਰ ਸਾਹਿਬ ਜਾਏਗੀ, ਸੇਮ ਇਹੀ ਵਾਇਆ ਉਹ 3:10 ਤੇ ਇੱਥੋਂ ਚੱਲੇਗੀ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਹਿਲੀ ਵਾਰੀ ਗਿੱਦੜਵਾਹ ਚੋਂ ਸਰਕਾਰੀ ਬੱਸਾਂ ਚੱਲਣ ਲੱਗੀਆਂ। ਪਹਿਲਾਂ ਵੀ ਵੋਲਵੋ ਚਲਾਈ ਸੀ, ਮੁਕਤਸਰ ਜਾਣ ਨੂੰ ਅਸੀਂ ਬੱਸਾਂ ਚਲਾਈਆਂ ਸੀ ਤੇ ਹੁਣ ਵੀ ਹਜੇ ਚੰਡੀਗੜ੍ਹ ਤੋਂ ਇੱਥੋਂ ਇਹੀ ਵਾਇਆ ਮੱਲਣ ਹੋ ਕੇ ਇੱਕ ਚੰਡੀਗੜ੍ਹ ਬੱਸ ਅਸੀਂ ਭੇਜ ਰਹੇ ਹਾਂ ਜਲਦੀ, ਤੇ ਹੋਰ ਵੀ ਆਉਣ ਵਾਲੇ ਸਮੇਂ ਚ ਡੱਬ ਵਾਲੀ ਤੋਂ ਅਸੀਂ ਬੱਸਾਂ ਚਲਾਉਣ ਜਾ ਰਹੇ ਹਾਂ। ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਸਰਕਾਰੀ ਬੱਸਾਂ ਗਿੱਦੜਵਾਹ ਬੱਸ ਅੱਡੇ ਤੋਂ ਚੱਲਣ, ਜਿੱਥੇ ਇੱਕ ਨਹੀਂ ਚੱਲਦੀ ਸੀ। ਗਿੱਦੜਵਾਹ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਨੇ ਦੱਸਿਆ ਕਿ ਉਹਨਾਂ ਵੱਲੋਂ ਗਿੱਦੜਵਾਹੇ ਵਿੱਚ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ, ਜੋ ਕਿ ਇਹ ਅਕਤੂਬਰ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਨਵੰਬਰ ਵਿੱਚ ਪੂਰੇ ਗਿੱਦੜਵਾਹੇ ਨੂੰ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਪਾਈਪ ਨੂੰ ਮੇਨ ਰਾਈਜ਼ਿੰਗ ਲਾਈਨ ਕਹਿੰਦੇ ਹੈ, ਪੱਤਰਕਾਰ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦਾ, ਉਹ ਬਹੁਤ ਕੰਡਮ ਹੋ ਚੁੱਕੀ ਸੀ, ਪੁਰਾਣੀ ਪਾਈਪ ਪਈ ਹੈ ਕਈ ਸਾਲ, 40 ਸਾਲ, ਮੋਟਰਾਂ ਵੀ ਉੱਥੇ ਪੁਰਾਣੀਆਂ, ਉਹਦਾ ਡਾਇਆ ਬੜਾ ਛੋਟਾ ਹੈ ਤੇ ਲੇਕਿਨ ਆਬਾਦੀ ਵੱਧ ਗਈ, ਉਹ ਕੰਡਮ ਹੋ ਗਈ। ਜਦੋਂ ਉੱਥੇ ਉਹ ਖਿੱਚਦੇ ਆ ਪਾਣੀ, ਉਹ ਡਾਇਆ ਉਹ ਪਾਈਪ ਟੁੱਟ ਜਾਂਦੀ ਹੈ, ਜਦੋਂ ਉਹਨੂੰ ਰਿਪੇਅਰ ਕਰਦੇ ਆ 4 ਦਿਨਾਂ ਚ ਪਾਈਪ ਉੱਪਰ ਆ ਜਾਂਦੀ ਹੈ। ਫਿਰ ਅਸੀਂ ਜ਼ਿਮੀਦਾਰਾਂ ਨੂੰ ਜਿਹੜਾ ਪਾਈਪ ਦਿੰਦੇ ਆ, ਪਾਣੀ ਦਿੰਦੇ ਆ, ਜ਼ਿਮੀਦਾਰ ਬਾਰਿਸ਼ ਚ ਪਾਣੀ ਲੈਂਦੇ ਨਹੀਂ, ਉਹ ਕਹਿੰਦੇ ਅਸੀਂ ਨਹੀਂ ਲਵਾਂਗੇ ਕਿਉਂਕਿ ਉਹਨਾਂ ਕੋਲ ਐਕਸੈਸ ਵਾਟਰ ਹੋ ਜਾਂਦਾ। ਇਸ ਕਰਕੇ ਪਿੰਡ ਵਾਲੇ ਪਾਸੇ, ਸ਼ਹਿਰ ਵਾਲੇ ਪਾਸੇ ਕਈ ਵਾਰਡਾਂ ਚ ਪਾਣੀ ਖੜਾ ਹੋ ਜਾਂਦਾ। ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਟੈਂਡਰ ਲਾਤਾ ਸੀ, 7 ਕਰੋੜ ਦੀ ਉਹ ਪਾਈਪ ਹੈ, ਮੇਨ ਰਾਈਜ਼ਿੰਗ ਲਾਈਨ ਜਿਹਨੂੰ ਕਿ ਡਿਪਾਰਟਮੈਂਟ ਪਵਾ ਰਿਹਾ ਸਾਡਾ ਸੀਵਰੇਜ ਬੋਰਡ, ਜਿਹੜੀ ਕਿ ਅੱਧ ਤੋਂ ਵੱਧ ਪੈ ਚੁੱਕੀ ਹੈ, 2700 ਮੀਟਰ ਪੈ ਚੁੱਕੀ ਹੈ। ਅਕਤੂਬਰ ਮਹੀਨੇ ਤੱਕ ਦਾ ਉਹਨਾਂ ਦਾ ਟਾਈਮ ਹੈ, ਅਕਤੂਬਰ ਤੱਕ ਕੰਪਲੀਟ ਹੋ ਜਾਏਗੀ। ਮੈਨੂੰ ਲੱਗਦਾ 1 ਨਵੰਬਰ ਦਾ ਹਫਤੇ ਸੀਵਰੇਜ ਦੀ ਮੁਕੰਮਲ ਜਿਹੜੀ ਦਿੱਕਤ ਹੈ ਗਿੱਦੜਵਾਹ ਚੋਂ ਦੂਰ ਕਰ ਦੇ। ਇਸ ਵਾਰ ਪੰਜਾਬ ਚ ਕਾਂਗਰਸ ਦੀ ਸਰਕਾਰ ਹੈ, ਉਹ ਸਰਕਾਰ ਦੇ ਵਿੱਚ ਹੋਣ ਕਰਕੇ ਗਿੱਦੜਵਾਹ ਵਾਸਤੇ ਬਹੁਤ ਤਰੱਕੀ ਦੀਆਂ ਜਿਹੜੀਆਂ ਸਕੀਮਾਂ ਹੈ ਉਹ ਹਰਿੰਦਰ ਸਾਹਿਬ ਲੈ ਕੇ ਆ ਰਹੇ। ਇੱਕ ਅਵੇਲੇਬਲ ਬੱਸ ਪਹਿਲਾਂ ਚੱਲੀ ਚੰਡੀਗੜ੍ਹ ਲਈ, 3 ਬੱਸਾਂ ਨੂੰ ਅੱਜ ਹਰੀ ਝੰਡੀ ਦਿੱਤੀ ਗਈ ਹੈ, ਜੋ ਕਿ ਜਵਾਲਾ ਜੀ, ਅੰਮ੍ਰਿਤਸਰ ਵਗੈਰਾ ਨੂੰ ਜਾਣਗੀਆਂ। ਸੀਵਰੇਜ ਦੇ ਵਿੱਚ ਇਹ ਸੀ ਕਿ ਪਹਿਲਾਂ ਕੁਛ ਤਾਂ ਆਬਾਦੀ ਘੱਟ ਸੀ, ਕੁਛ ਜਿਹੜੀ ਆ ਉਹ ਪਾਈਪ ਵਗੈਰਾ ਸੀਗੀਆਂ ਉਹ ਛੋਟੀਆਂ ਸੀ। ਹੁਣ ਸੀਵਰ ਵਾਸਤੇ 9,70,00,000 ਰੁਪਇਆ ਪਿੱਛੇ ਆ ਚੁੱਕਿਆ ਔਰ ਉਹ ਮਸ਼ੀਨਾਂ ਵੀ ਆ ਰਹੀਆਂ, ਜਿਹਦੇ ਨਾਲ ਸੀਵਰ ਦੀ ਪ੍ਰੋਪਰ ਰਿਪੇਅਰ, ਜਿੱਥੇ ਨਵਾਂ ਪੈਣਾ ਨਵਾਂ ਪਾ ਕੇ
ਉਹਦੀ ਉਹ ਬਲੋਕੇਜ ਖੁੱਲ ਰਹੀ ਹੈ। ਔਰ ਨਾਲ ਹੀ ਜੋ ਗਿੱਦੜਵਾ ਦੇ ਵਿੱਚ ਇੱਕ ਬੱਚਿਆਂ ਦੇ ਲਈ ਕਾਲਜ ਆ ਰਿਹਾ ਹੁਸਨਰ ਜਮਾਂ ਗਿੱਦੜਵਾ ਦੇ ਨਾਲ ਆ ਸਾਡੇ ਹਲਕੇ ਦਾ ਪਿੰਡ ਹੈ। ਅਤੇ ਇਸੇ ਤਰ੍ਹਾਂ ਜਿਹੜੇ ਪਿੰਡ ਦੇ ਵਿੱਚ ਜੋ ਵੀ ਕਾਰਜ ਹਲਕੇ ਦੇ ਗਿੱਦੜਵਾ ਸ਼ਹਿਰ ਦੇ ਮੰਡੀ ਦੇ ਉਹ ਸਾਰੇ ਬਦਸਤੂਰ ਜਾਰੀ ਆ ਔਰ ਇਸੇ ਤਰ੍ਹਾਂ ਉਹ ਚੱਲਦੇ ਰਹਿਣਗੇ। ਹੋਸਪਿਟਲ ਜਿਹੜਾ ਸਾਡਾ ਉਹਦੇ ਵਿੱਚ ਟਰੋਮਾ ਸੈਂਟਰ ਆਇਆ, ਮਾਂ ਬੱਚੇ ਅਤੇ ਮਾਂ ਦੀ ਕੇਅਰ ਲਈ ਆਇਆ ਔਰ ਪੰਜਾਬ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ, ਤਾਂ ਸਾਨੂੰ ਉਹਦੇ ਵਿੱਚ 15 ਲੱਖ ਰੁਪਇਆ ਇਨਾਮ ਵੀ ਇਸ ਕਰਕੇ ਮਿਲਿਆ। ਇਹ ਸਾਰਾ ਹਲਕਾ ਵਿਧਾਇਕ ਸਾਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਔਰ ਉਹਨਾਂ ਦੀ ਚੰਗੀ ਸੋਚ ਨੂੰ ਲੈ ਕੇ ਇਹ ਸਾਰਾ ਕੁਝ ਸੰਭਵ ਹੋਇਆ। ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਪਰ ਦੇਖਣ ਵਾਲੀ ਗੱਲ ਹੁਣ ਇਹ ਹੋਵੇਗੀ ਪੰਜਾਬ ਸਰਕਾਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਦੋਂ ਪੂਰਾ ਕਰਦੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।